ਠੋਕਣਾ ਤਾਂ ਮੈਂ ਉਹਨਾਂ ਨੂੰ ਇਹ ਤਾਂ ਯਾਰ ਲੰਡੂ ਗੱਲਾਂ ਹੁੰਦੀਆਂ ਨੇ ਬਾਈ ਹਣ ਜੇ ਦੇ ਵਿੱਚ ਕੀਤਾ ਸੀਗਾ ਸਿੱਧੂ ਬਾਈ ਨੇ ਠੀਕ ਆ ਤੇ ਹੁਣ ਇਹ ਤੋਂ ਬਾਅਦ ਦੇਖਿਓ ਇੱਕ ਇੱਕ ਨੂੰ ਦੇਖਾਂਗੇ ਬਾਈ ਲੋਕਡਾਊਨ ਆ ਘਰਾਂ 'ਚ ਬੰਦ ਆ ਕਰੋਨਾ ਦੀ ਮਹਾਮਾਰੀ ਦੇ ਚੱਲਦਿਆਂ ਇਸ ਲੋਕਡਾਊਨ ਦੌਰਾਨ ਹਰ ਰੋਜ਼ ਪੰਜਾਬੀ 뮤직 ਇੰਡਸਟਰੀ ਦੇ ਵਿੱਚੋਂ ਕਿਸੇ ਨਾ ਕਿਸੇ ਗਾਇਕ ਦਾ ਕੋਈ ਨਾ ਕੋਈ ਵਿਵਾਦ ਦੇਖਣ ਨੂੰ ਮਿਲ ਜਾਂਦਾ ਹੈ ਤੇ ਇਸੇ ਦੇ ਚੱਲਦਿਆਂ ਇੱਕ ਵਿਵਾਦ ਸੋਸ਼ਲ ਮੀਡੀਆ ਉੱਤੇ ਇੱਕ ਵੱਡਾ ਮੁੱਦਾ ਬਣ ਗਿਆ ਅਸੀਂ ਗੱਲ ਕਰ ਰਹੇ ਹਾਂ ਸਿੱਧੂ ਮੂਸੇਵਾਲਾ ਅਤੇ ਬ੍ਰਾਊਨ ਬੋਇਜ਼ ਵਿਚਕਾਰ ਹੋਏ ਵਿਵਾਦ ਦੀ ਦੱਸ ਦਈਏ ਇਸ ਵਿਵਾਦ ਉੱਤੇ ਪੰਜਾਬੀ 뮤직 ਇੰਡਸਟਰੀ ਦੇ ਸਿਤਾਰਿਆਂ ਵਿੱਚੋਂ ਕਿਸੇ ਨਾ ਕਿਸੇ ਦਾ ਬਿਆਨ ਸਾਹਮਣੇ ਆ ਹੀ ਜਾਂਦਾ ਹੈ ਅਤੇ ਇਸੇ ਦੇ ਚੱਲਦਿਆਂ ਇੱਕ ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਹੈ ਨੰਬਰ ਫੋਨ ਦਾ ਅਤੇ ਅਪਰੋਚ ਵਰਗੇ ਸੁਪਰਹਿੱਟ ਗਾਣੇ ਦੇਣ ਵਾਲੇ ਪੰਜਾਬੀ ਸਿੰਗਰ ਡੈਨੀ ਢਿੱਲੋਂ ਦੀ ਦੱਸ ਦਈਏ ਹਾਲ ਹੀ ਵਿੱਚ ਡੈਨੀ ਢਿੱਲੋਂ ਦਾ ਇੱਕ ਗਾਣਾ ਰਿਲੀਜ਼ ਹੋਇਆ ਜਿਸਦਾ ਕਿ ਨਾਂ ਹੈ ਅਪਰੋਚ ਜਿਸ ਬਾਰੇ ਕਿ ਕਿਹਾ ਜਾ ਰਿਹਾ ਹੈ ਕਿ ਇਹ ਗਾਣਾ ਸਿੱਧੂ ਮੂਸੇਵਾਲੇ ਨੂੰ ਉਹਨਾਂ ਦੀ ਕੰਟਰੋਵਰਸੀ ਦੇ ਲਈ ਸਿੱਧਾ ਜਵਾਬ ਦਿੰਦਾ ਹੈ ਪਰ ਇਸੇ ਗੱਲ ਉੱਤੇ ਹਾਲ ਹੀ ਵਿੱਚ ਡੈਨੀ ਢਿੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਲਾਈਵ ਹੋਏ ਅਤੇ ਇਸ ਲਾਈਵ ਵੀਡੀਓ ਦੇ ਵਿੱਚ ਉਹਨਾਂ ਨੇ ਚੰਗੀ ਤਰ੍ਹਾਂ ਉਹਨਾਂ ਹੇਟਰਾਂ ਨੂੰ ਜਵਾਬ ਦਿੱਤਾ ਜੋ ਗਲਤ ਅਫਵਾਹਾਂ ਸੋਸ਼ਲ ਮੀਡੀਆ ਉੱਤੇ ਫੈਲਾ ਰਹੇ ਸੀ ਕੀ ਕਿਹਾ ਡੈਨੀ ਢਿੱਲੋਂ ਨੇ ਉਹਨਾਂ ਹੇਟਰਾਂ ਨੂੰ ਅਤੇ ਕੌਣ ਨੇ ਉਹ ਹੇਟਰ ਆਓ ਦੇਖਦੇ ਹਾਂ ਇਸ ਵੀਡੀਓ ਦੇ ਵਿੱਚ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਡੈਨੀ ਢਿੱਲੋਂ ਅਤੇ ਗਾਣਾ ਯਾਰ ਆਪਣਾ ਆਇਆ ਸੀਗਾ ਅਪਰੋਚ ਸਪੀਡ ਰੈਕਰਡ ਦੇ ਚੈਨਲ ਤੋਂ ਅਤੇ ਪਹਿਲਾਂ ਤਾਂ ਮੈਂ ਸਾਰਿਆਂ ਦਾ ਥੈਂਕ ਯੂ ਕਰਨਾ ਚਾਹੁੰਦਾ ਕਿ ਆਪਾਂ 2 ਦਿਨਾਂ ਦੇ ਵਿੱਚ ਸਾਡਾ ਗਾਣਾ ਜਿਹੜਾ 750K ਜਿਹੜਾ ਕ੍ਰੋਸ ਕਰ ਗਿਆ ਅਤੇ ਸਾਰਿਆਂ ਦਾ ਪਿਆਰ ਆ ਰਿਹਾ ਪਰ ਯਾਰ ਬੜਾ ਦੁੱਖ ਲੱਗਾ ਕਿ ਇੱਕ ਚੀਜ਼ ਜਿਹੜੀ ਹੋ ਰਹੀ ਹੈ ਪਿਛਲੇ 2-3 ਦਿਨਾਂ ਤੋਂ ਕਿ ਮੈਨੂੰ ਬੈਕ ਟੂ ਬੈਕ ਕੋਈ ਮੈਸੇਜਸ ਕਰ ਰਹੇ ਆ ਕਿ ਬਾਈ ਸਿੱਧੂ ਮੂਸੇਵਾਲੇ ਨੂੰ ਤੁਸੀਂ ਜਵਾਬ ਦਿੱਤਾ ਉਹ ਬਾਈ ਜੀ ਮੇਰੀ ਗੱਲ ਸੁਣੋ ਮੈਂ ਤਾਂ ਹੈਗਾ ਸਿੱਧੂ ਦਾ ਸਪੋਰਟਰ ਠੀਕ ਆ ਜੀ ਅੱਜ ਜਿਹੜੇ ਮੈਨੂੰ ਬਾਰ ਬਾਰ ਮੈਸੇਜ ਕਰ ਰਹੇ ਆ ਪਤਾ ਨਹੀਂ ਕਿਹੜੇ ਫੇਕ ਆਈਡੀਆ ਬਣਾ ਕੇ ਅਤੇ ਲਿਖ ਰਿਹਾ ਕਿ ਬਾਈ ਤੂੰ ਸਿੱਧੂ ਨੂੰ ਦਿੱਤਾ ਜਵਾਬ ਅਪਰੋਚ ਗਾਣਾ ਕੱਢ ਕੇ ਬਾਈ ਮੇਰੀ ਗੱਲ ਸੁਣੋ ਸਿੱਧੂ ਦਾ ਮੈਂ ਸਪੋਰਟਰ ਅਤੇ ਜਿੰਨੇ ਵੀ ਉਹਦੇ ਉਹਨੂੰ ਕਰਦੇ ਆ ਨਾ ਹੇਠ ਠੋਕਣਾ ਤਾਂ ਮੈਂ ਉਹਨਾਂ ਨੂੰ ਆ ਉਹਨਾਂ ਵਾਸਤੇ ਗਾਣਾ ਕੀਤਾ ਇਹ ਮੈਂ ਗਾਣਾ ਅਸਲ ਦੇ ਵਿੱਚ ਕੀਤਾ ਸੀਗਾ ਸਿੱਧੂ ਬਾਈ ਵਾਸਤੇ ਠੀਕ ਆ ਬਾਈ ਅਤੇ ਬਾਕੀ ਰਹੀ ਗੱਲ ਜਿਹੜੀ ਹੇਟਰ ਜਿਹੜੇ ਮੇਰੇ ਆ ਜਿਹੜੇ ਮੇਰੇ ਹੇਟਰ ਹੈ ਨਾ ਕੈਨੇਡਾ ਬੈਠੇ ਕੋਈ ਚੱਕਰ ਨਹੀਂ ਆ ਬਾਈ ਤੁਸੀਂ ਜਿੰਨੇ ਮਰਜ਼ੀ ਡਿਸਲਾਈਕ ਪਵਾ ਦਿਓ ਮੈਂ ਸਾਰਾ ਪਤਾ ਕਰਾ ਲਿਆ ਬਾਈ ਅਤੇ ਬਾਕੀ ਰਹੀ ਗੱਲ ਸਿੱਧੂ ਬਾਈ ਦੀ ਸਿੱਧੂ ਬਾਈ ਨੂੰ ਸਾਨੂੰ ਫੁੱਲ ਸਪੋਰਟ ਆ ਬਾਈ ਸਿੱਧੂ ਬਾਈ ਦੀ ਆਪਾਂ ਫੁੱਲ ਸਪੋਰਟ ਕਰਦੇ ਹਾਂ ਅਤੇ ਰਹੀ ਗੱਲ ਉਹਦੇ ਹੇਟਰਾਂ ਦੀ ਜਿਹੜੇ ਅੱਜ ਕੱਲ੍ਹ ਕੰਟਰੋਵਰਸੀਆਂ ਚੱਲ ਰਹੀਆਂ ਬਾਈ ਕੋਈ ਚੱਕਰ ਨਹੀਂ ਆ ਇੱਕ ਇੱਕ ਨੂੰ ਦੇਖਣਾ ਕਿ ਬਾਈ ਲੋਕਡਾਊਨ ਆ ਘਰਾਂ 'ਚ ਬੰਦ ਆ ਜਿੰਨੇ ਆ ਫੇਕਸਟਰ ਮੈਨੂੰ ਮੈਸੇਜ ਕਰ ਰਹੇ ਆ ਜਾਂ ਪਤਾ ਨਹੀਂ ਕਿਹੜੀ ਕਿਹੜੀ ਆਈਡੀਆ ਤੋਂ ਮੈਨੂੰ ਮੈਸੇਜ ਆ ਰਹੇ ਆ ਵੱਖਰੇ ਵੱਖਰੇ ਕਮੈਂਟ ਆ ਰਹੇ ਆ ਉੱਥੇ ਆਪਣੀਆਂ ਫਾਈਟ ਚਲਾਈ ਹੋਈ ਆ ਬਾਈ ਯਾਰ ਪਲੀਜ਼ ਗਾਣੇ ਨੂੰ ਗਾਣੇ ਦੇ ਤਰੀਕੇ ਲਾਹੋ ਆਪਣੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੈ ਪਿਛਲੇ ਵਾਰੀ ਵੀ ਮੇਰਾ ਗਾਣਾ ਆਇਆ ਸੀਗਾ ਤੁਸੀਂ ਪੂਰੀ ਕੋਸ਼ਿਸ਼ ਕੀਤੀ ਕਿ ਗਾਣਾ ਚੱਲੇ ਨਾ ਮੇਰੀਆਂ ਐਡਾਂ ਡਿਸਅਪਰੂਵ ਕਰਾਤੀਆਂ ਕੋਈ ਚੱਕਰ ਨਹੀਂ ਬਾਈ ਕੋਈ ਜਿਹੜਾ ਬੰਦਾ ਮਿਹਨਤੀ ਹੁੰਦਾ ਨਾ ਜਿਹੜਾ ਬੰਦਾ ਮਿਹਨਤ ਕਰਦਾ ਨਾ ਜ਼ਿੰਦਗੀ ਦੇ ਵਿੱਚ ਉਹਨੇ ਕਦੀ ਨਾ ਕਦੀ ਚੜ੍ਹ ਹੀ ਜਾਣਾ ਬਾਈ ਕੋਈ ਚੱਕਰ ਹੀ ਨਹੀਂ ਹੈਗਾ ਬਾਕੀ ਯਾਰ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਅਪਰੋਚ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ ਅਤੇ ਜਿਨ੍ਹਾਂ ਨੇ ਮੈਨੂੰ ਹੇਟ ਵੀ ਕਰਦੇ ਭਰਾ ਉਹਨਾਂ ਦਾ ਵੀ ਥੈਂਕ ਯੂ ਅਤੇ ਬਾਕੀ ਬਾਈ ਸਾਡੀ ਸਿੱਧੂ ਨੂੰ ਬਾਈ ਨੂੰ ਫੁੱਲ ਸਪੋਰਟ ਆ ਸੋ ਹੁਣ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਕੀ ਕਹਿਣਾ ਇਸ ਪੂਰੇ ਮਾਮਲੇ ਬਾਰੇ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਤੁਸੀਂ ਕਿਸ ਦੀ ਕਰਦੇ ਹੋ ਸਪੋਰਟ ਇਹ ਵੀ ਦੱਸਣਾ ਨਾ ਭੁੱਲਣਾ ਬਿਊਰੋ ਰਿਪੋਰਟ ਚੈਨਲ 7ਰੰਗ ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ 7ਰੰਗ.com